पहला स्वागत भी है ते पंजाब दे मुख्यमंत्री दे ब्याह दीयां लख लख मुबारकां भी है जी। बड़ा साहब तुहानू भी बहुत बहुत मुबारकां। पर लोकां दीयां समस्यावां सुणियां की इन्हां ने उन्हां दे नाल वादा कीता उही जिहड़ियां छप्पड़ां ते गलियां नालियां दे विच जिहड़ा साडा पैसा पब्लिक दा, मैं इन्हां नूं ग्रांट नहीं कहिंदा, पब्लिक दा पैसा जिहड़ा हैगा ਉਹ ਵੀ ਜਿਹੜਾ ਹੈਗਾ ਬਰਬਾਦ ਕਰਦੇ ਆ ਰਹੇ ਆ। ਸਾਡੇ ਕੋਠੇ ਦੇ ਉੱਤੋਂ ਦੀ ਤਾਰਾਂ 'ਚ ਲੰਘਦੀਆਂ ਆ, ਉਹਨਾਂ ਤਾਰਾਂ ਤੋਂ ਕਈ ਵਾਰੀ ਕਈਆਂ ਨੂੰ ਕਰੰਟ ਲੱਗ ਚੁੱਕਾ ਆ, ਕਿਉਂਕਿ ਮੇਰੇ ਖੁਦ ਨੂੰ ਸਿਰ ਨੂੰ ਕਰੰਟ ਲੱਗ ਚੁੱਕਾ ਆ ਅਤੇ ਸਾਨੂੰ ਸਾਂਭਣ ਵਾਲਾ ਨਾ ਕੋਈ ਸਾਡੀ ਫਰਿਆਦ ਸੁਣਦਾ ਨਾ ਕੋਈ ਸਾਡੀ ਰਜੋਈ ਸੁਣਦਾ, ਅਸੀਂ ਸਭ ਦੀਆਂ ਮਿੰਨਤਾਂ ਕਰ ਚੁੱਕੇ। ਹਾਈ ਵੋਲਟੇਜ ਤਾਰਾਂ ਲੰਘਦੀਆਂ ਆ, पिछले काफ़ी समय तो 5-6 साल तो भी संघर्ष चलता रहा है, परंतु समय दी सरकारां ने उहदा कोई हल नहीं किया। जे कोई वोटां वाला आंदा आ असीं उहनूं भी यही गल कहिंदे आ, साडे कोई नहीं सुनवाई करदा, पहलां कहिंदे असीं करांगे करांगे, मुड़ के कोई गल नहीं करदा, वोटां लै जांदे वोटां लै जांदे, परंतु मैं इहनां नूं विश्वास दवाया कि खर्चा होवे जां कुछ होवे परंतु ये असी समस्या जी पहल के आधार पर हल करांगे। वे जी अपरे की जी डिस्पेंसरी आ उ डाक्टर की और दवाइया की घाट आ, वो भी असी पहल के आधार पर जोड़ा गा उस असी दूर करांगे। आम आदमी पार्टी सरकार तुहाडी सरकार है, तुहाडे माध्यम राही असी लोगों नूं जिहड़ियां पिछले 70-75 साल तो समय दीयां सरकारां ने सताया आ, वो हुण जिहड़ियां असी जिहड़ा गा ਸਤਾਉਣ ਨਹੀਂ ਦੇਣੇ ਹੈਗੇ, ਅਸੀਂ ਉਹਨਾਂ ਦਾ ਹੱਲ ਕਰਨਾ ਹੈਗਾ। ਅਸੀਂ ਮਾਡਲ ਇੱਕ ਪੇਸ਼ ਕਰਨ ਜਾ ਰਹੇ ਹਾਂ, ਉਹਦੀ ਸਫਲਤਾ ਜਿਹੜੀ ਹੈਗੀ ਆ ਦੇਖ ਕੇ ਜਿਹੜਾ ਹੈਗਾ ਹਰ ਗਲੀ ਮੁਹੱਲੇ ਦੇ ਵਿੱਚ ਜਿਹੜਾ ਹੈਗਾ ਹਰ ਪਿੰਡ ਦੇ ਵਿੱਚ ਅਸੀਂ ਉਹ ਮੁਹੱਲਾ ਕਲੀਨਿਕ ਜਿਹੜਾ ਹੈਗਾ ਅਗਲੇ ਫੇਸ ਦੇ ਵਿੱਚ ਬਣਾਉਣਾ। ਅਸੀਂ ਉਹਨਾਂ ਸਰਕਾਰਾਂ ਵਾਂਗ ਨਹੀਂ ਇਹ 5 ਸਾਲ ਲਾਰੀ ਰੱਪੀ ਲਾ ਕੇ ਗਾਹਾਂ 5 ਸਾਲ ਇੱਦਾਂ ਨਹੀਂ ਹੈਗਾ, ਅਸੀਂ ਮਿਤੀ ਬਾਅਦ ਸਮਾਂ ਬਾਅਦ ਜਿਹੜਾ ਹੈਗਾ ਬਹੁਤ ਜਲਦੀ ਜਿਹੜਾ ਹੈਗਾ ਇਸਦਾ ਕੰਮ ਜਿਹੜਾ ਨਿਪਟਾਰਾ ਕਰਾਂਗੇ। ਅੱਜ ਦੇਖੋ ਜੋ ਮੀਟਿੰਗ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ, ਜਿੰਨੀਆਂ ਪੁਰਾਣੀਆਂ ਪਾਰਟੀਆਂ ਗਈਆਂ ਉਹ ਪਹਿਲੀ ਗੱਲ ਤਾਂ ਉਹ ਇਕੱਠ ਕਰਦੇ ਹੀ ਨਹੀਂ ਸੀਗੇ, ਉਹ ਆਪਣੇ ਮਤਲਬ ਲਈ ਕਰਦੇ ਸੀਗੇ। ਅੱਜ ਇੱਥੇ ਪਬਲਿਕ ਇਕੱਠੀ ਹੋਈ ਆ, ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਘਰਾਂ ਦੇ ਉੱਪਰੋਂ ਤਾਰਾਂ ਲੰਘਦੀਆਂ, ਉਹਨਾਂ ਨਾਲ ਕਿਸੇ ਦਾ ਸਿਰ ਟੱਚ ਹੋ ਜਾਂਦਾ, ਕਈ ਵਾਰੀ ਬੱਚੇ ਉੱਪਰ ਖੇਡਦੇ ਆ ਉਹਨਾਂ ਦਾ ਪਤੰਗ ਜਾਂ ਕੋਈ ਚੀਜ਼ ਉਹ ਵਿੱਚ ਲੱਗ ਜਾਂਦੀ ਹੈਗੀ ਆ, ਉਹ ਕਰੰਟ ਆਉਂਦਾ ਆ, ਉਹਦੇ ਨਾਲ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ। ਪਤਾ ਨਹੀਂ ਕੀ ਗੱਲ ਹੈ, ਪਿਛਲੀਆਂ ਸਰਕਾਰਾਂ ਨੇ ਕਿਉਂ ਨਹੀਂ ਇਸ ਚੀਜ਼ 'ਤੇ ਗੌਰ ਕੀਤੀ, ਮਤਲਬ ਹਾਲੇ ਤੱਕ ਲੋਕਾਂ ਨੂੰ ਇੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਤਲਬ ਜੇ ਅਸੀਂ ਆਪਣੇ ਤੌਰ 'ਤੇ ਸੋਚੀਏ ਤਾਂ ਮੈਂ ਤਾਂ ਸੋਚ ਕੇ ਵੀ ਕੰਬ ਜਾਂਦਾ ਹੈ ਕਿ ਤਾਰਾਂ ਇੰਨੀਆਂ ਨੀਵੀਆਂ ਜਾ ਰਹੀਆਂ। ਕੰਛੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਜੈ ਗੁਰਦੇਵ ਜੈ ਭੀਮ। ਵਿਧਾਨ ਸਭਾ ਹਲਕਾ ਫਿਲੌਰ ਦੇ ਵੱਖ ਵੱਖ ਪਿੰਡਾਂ ਦੇ ਨਾਲ ਨਾਲ ਅੱਜ ਕਸਬਾ ਅੱਪਰਾ ਦੇ ਅੰਦਰ ਇੱਥੋਂ ਦੇ ਹਲਕਾ ਇੰਚਾਰਜ ਰਿਟਾਇਰਡ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ, ਜਿੱਥੇ ਇੱਕ ਇਕੱਠ ਕੀਤਾ ਗਿਆ ਸੀ। ਆਓ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਕਿਹੜੀਆਂ ਸਮੱਸਿਆਵਾਂ ਸੀ, ਕੀ ਉਹਨਾਂ ਨੂੰ ਆਸ਼ਵਾਸਨ ਦਿੱਤਾ, ਉਹ ਦਿਖਾਉਂਦੇ ਪੂਰੀ ਰਿਪੋਰਟ। ਵਿਧਾਨ ਸਭਾ ਹਲਕਾ ਫਿਲੌਰ ਦੇ ਕਸਬਾ ਅੱਪਰਾ ਦੇ ਅੰਦਰ ਲੰਬੇ ਸਮੇਂ ਤੋਂ ਜਿਹੜੀਆਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਲੋਕ ਇੱਥੇ ਜਿੱਥੇ ਇਕੱਠੇ ਹੋਏ ਨੇ ਅੱਜ ਅੱਪਰਾ ਸ਼ਹਿਰ ਦੇ ਅੰਦਰ, ਅਤੇ ਉੱਥੇ ਹੀ ਵਿਧਾਨ ਸਭਾ ਹਲਕਾ ਫਿਲੌਰ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੀ ਮੌਕੇ 'ਤੇ ਪਹੁੰਚੇ ਨੇ ਔਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਕੀ ਇਹਨਾਂ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ, ਆਪਾਂ ਇਹਨਾਂ ਤੋਂ ਪੁੱਛਦੇ। ਸਭ ਤੋਂ ਪਹਿਲਾਂ ਸਵਾਗਤ ਵੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਵੀ ਹੈ ਜੀ। ਗੁੜਾ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਔਰ ਤੁਹਾਡਾ ਬਹੁਤ ਬਹੁਤ ਕਾਂਛੀ ਚੈਨ ਜਿਹੜਾ ਟੀ ਵੀ ਚੱਲਦਾ ਹੈਗਾ ਉਹਦੀਆਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ, ਧੰਨਵਾਦ ਆ। ਔਰ ਅੱਜ ਆਪਾਂ ਇੱਥੇ ਕਸਬਾ ਅੱਪਰਾ ਜਿਹੜਾ ਕਿ ਸੋਨੇ ਦੀ ਮੰਡੀ ਆ ਉਸ 'ਤੇ ਖੜ੍ਹੇ ਆ, ਮੇਰੇ ਬਹੁਤ ਹੀ ਸਤਿਕਾਰਤ ਸਾਥੀ ਜਿਹੜੇ ਹੈਗੇ ਆ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ, ਵਲੰਟੀਅਰ ਸਾਹਿਬਾਨ, ਮੇਰੀਆਂ ਮਾਤਾਵਾਂ ਭੈਣਾਂ ਖੜੀਆਂ ਨੇ। ਹਰ ਹਫ਼ਤੇ ਐਤਵਾਰ ਨੂੰ 6 ਵਜੇ ਇੱਥੇ ਜਿਹੜੀ ਮੀਟਿੰਗ ਹੁੰਦੀ ਹੈਗੀ ਆ ਉਹਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਆ ਕਿ ਅੱਪਰਾ ਕਸਬਾ ਜਿਹਨੂੰ ਸੋਨੇ ਦੀ ਮੰਡੀ ਵਜੋਂ ਜਾਣਿਆ ਜਾਂਦਾ ਤਾਂ ਉਸ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਵਾਂ, ਕਿੰਨੀਆਂ ਕੁ ਸਮੱਸਿਆਵਾਂ ਜਿਹੜੀਆਂ ਪਬਲਿਕ ਨੂੰ ਆ ਰਹੀਆਂ ਆ ਉਹਦਾ ਇਹ ਹਰ ਹਫ਼ਤੇ ਜਿਹੜਾ ਹੈਗਾ ਉਹ ਰਾਗ ਲਾਪਦੇ ਮੈਂ ਤਾਂ ਕਹੂੰਗਾ, ਕਿਉਂਕਿ ਪਿਛਲੇ 70-75 ਸਾਲ ਤੋਂ ਸਮੇਂ ਦੀਆਂ ਸਰਕਾਰਾਂ ਨੇ, ਤੁਹਾਨੂੰ ਵੀ ਪਤਾ, ਤੁਹਾਡੇ ਮਾਧਿਅਮ ਰਾਹੀਂ ਆਪਾਂ ਜਾ ਕੇ ਵੀ ਵੇਖ ਸਕਦੇ ਹਾਂ,
ਉਹੀ ਪੀਸ਼ਨ ਰਹੀ ਆ ਅੱਜ ਵੀ ਉਹੀ ਜਿਹੜੀਆਂ ਛੱਪੜਾਂ ਅਤੇ ਗਲੀਆਂ ਨਾਲੀਆਂ ਦੇ ਵਿੱਚ ਜਿਹੜਾ ਸਾਡਾ ਪੈਸਾ ਪਬਲਿਕ ਦਾ ਮੈਂ ਇਹਨਾਂ ਨੂੰ ਗ੍ਰਾਂਟ ਨਹੀਂ ਕਹਿੰਦਾ ਹੈਗਾ ਪਬਲਿਕ ਦਾ ਪੈਸਾ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਬਰਬਾਦ ਕਰਦੇ ਆ ਰਹੇ ਆ ਅੱਜ ਇੱਥੇ ਬੈਠ ਕੇ ਜਿਹੜੀਆਂ ਸਮੱਸਿਆਵਾਂ ਹੋਈਆਂ ਸਭ ਤੋਂ ਬਹੁਤ ਹੀ ਵੱਡੀ ਸਮੱਸਿਆ ਜਿਹੜੀ ਹੈਗੀ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਸਾਡੇ ਦੋ ਇੱਥੇ ਮੁਹੱਲੇ ਨੇ ਉਹਨਾਂ ਦੇ ਉੱਪਰ ਦੀ ਜਿਹੜੀਆਂ ਆਈਆਂ ਹਾਈ ਵੋਲਟੇਜ ਤਾਰਾਂ ਲੰਘਦੀਆਂ ਆ ਪਿਛਲੇ ਕਾਫੀ ਸਮੇਂ ਤੋਂ 5-6 ਸਾਲ ਤੋਂ ਵੀ ਸੰਘਰਸ਼ ਚੱਲਦਾ ਰਿਹਾ ਹੈਗਾ ਪਰੰਤੂ ਸਮੇਂ ਦੀਆਂ ਸਰਕਾਰਾਂ ਨੇ ਉਹਦਾ ਕੋਈ ਹੱਲ ਨਹੀਂ ਕੀਤਾ ਹੈਗਾ ਅੱਜ ਬੈਠ ਕੇ ਸਾਡੇ ਧਿਆਨ 'ਚ ਆਇਆ ਮੈਨੂੰ ਫੋਨ 'ਤੇ ਜਤਿੰਦਰ ਕਾਲੇ ਨੇ ਪਹਿਲਾਂ ਵੀ ਦੱਸਿਆ ਸੀ ਮੈਂ ਐਕਸੀਨ ਵੀ ਗੱਲ ਕੀਤੀ ਸੀਗੀ ਉਹਦਾ ਤਕਰੀਬਨ 9-9.5 ਲੱਖ ਰੁਪਈਆ ਜਿਹੜਾ ਹੈਗਾ ਉਹਦੀ ਕੋਸਟ ਜਿਹੜਾ ਉਹ 'ਤੇ ਖਰਚਾ ਆ ਉਹ ਜਮ੍ਹਾਂ ਕਰਵਾਉਣ ਨੂੰ ਕਹਿੰਦੇ ਆ ਪਰੰਤੂ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਖਰਚਾ ਹੋਵੇ ਜਾਂ ਕੁਛ ਹੋਵੇ ਪਰੰਤੂ ਇਹ ਅਸੀਂ ਸਮੱਸਿਆ ਜਿਹੜੀ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ ਕਿਉਂਕਿ ਕੀਮਤੀ ਜਾਨਾਂ ਜਿਹੜੀਆਂ ਉੱਥੇ ਕਈ ਵਾਰ ਅਸੀਂ ਆਪਣੇ ਹੱਥ ਧੋ ਚੁੱਕੇ ਹਾਂ ਉਹ ਅੱਗੇ ਲਈ ਜਿਹੜਾ ਹੈਗਾ ਇਸ ਨੂੰ ਨਿਪਟਾਰਾ ਕਰਨਾ ਦੂਸਰੇ ਪਾਸੇ ਇਹਨਾਂ ਨੇ ਕਿਹਾ ਵੀ ਜਿਹੜੀ ਅਪਰੇ ਦੀ ਜਿਹੜੀ ਹੈਗੀ ਡਿਸਪੈਂਸਰੀ ਆ ਉੱਥੇ ਡਾਕਟਰਾਂ ਦੀ ਔਰ ਦਵਾਈਆਂ ਦੀ ਘਾਟ ਆ ਉਹ ਵੀ ਅਸੀਂ ਪਹਿਲ ਦੇ ਆਧਾਰ 'ਤੇ ਜਿਹੜਾ ਹੈਗਾ ਉਸ ਨੂੰ ਅਸੀਂ ਦੂਰ ਕਰਾਂਗੇ ਮੈਂ ਤਾਂ ਇੱਥੋਂ ਤੁਹਾਡੇ ਮਾਧਿਅਮ ਰਾਹੀਂ ਕਹਿ ਰਿਹਾ ਪੰਚਾਇਤ ਨੂੰ ਕਿ ਉਹ ਪਤਾ ਨਹੀਂ ਕਦੋਂ ਕਦੀ ਡਿਸਪੈਂਸਰੀ ਗਲੀਆਂ ਦੇ ਵਿੱਚ ਆ ਮੈਂ ਤਾਂ ਵੇਖੀ ਵੀ ਨਹੀਂ ਗਈ ਜਿੱਥੇ ਕੋਈ ਗੱਡੀ ਵੀ ਨਹੀਂ ਜਾਂਦੀ ਹੋਣੀ ਮੈਨੂੰ ਮੈਂ ਆ ਐਂਬੂਲੈਂਸ ਨਹੀਂ ਜਾ ਸਕਦੀ ਹੈਗੀ ਆ ਉਹ ਡਿਸਪੈਂਸਰੀ ਕਿਉਂ ਨਹੀਂ ਹੁਣ ਤੱਕ ਜਿਹੜੀ ਹੈ ਬਾਹਰ ਕਿਤੇ 35-40 ਫੁੱਟੀ ਸੜਕ 'ਤੇ ਲਿਆਂਦੀ ਜਾਵੇ ਅੰਦਰ ਮਰੀਜ਼ ਨੂੰ ਲਿਜਾਣਾ ਹੋਵੇ ਜੇ ਤੋੜ ਕੇ ਲਿਜਾਣਾ ਚੱਕ ਕੇ ਲਿਜਾਣਾ ਤਾਂ ਜਦ ਤੱਕ ਜਿਹੜਾ ਹੈਗਾ ਮਰੀਜ਼ ਹੱਥੋਂ ਤੋਂ ਬੈਠਦਾ ਪਰੰਤੂ ਅਸੀਂ ਇਹਦਾ ਵੀ ਨਿਪਟਾਰਾ ਬਹੁਤ ਜਲਦੀ ਕਰਾਂਗੇ ਤੀਸਰਾ ਇਸ ਇਹਨਾਂ ਨੇ ਕਿਹਾ ਕਿ ਇੱਥੇ ਜਿਹੜੇ ਕੂੜੇ ਦੇ ਡੰਪ ਲੱਗ ਰਹੇ ਆ ਉਹਦੀ ਸਮੱਸਿਆ ਵੀ ਦੂਰ ਕਰਵਾਵਾਂਗੇ ਔਰ ਫਿਰ ਲਾਸਟ 'ਤੇ ਇਹਨਾਂ ਨੇ ਕਿਹਾ ਵੀ ਗੰਦੇ ਪਾਣੀ ਦਾ ਜਿਹੜਾ ਛੱਪੜ ਆ ਉਹ ਕਾਫੀ ਸਮੇਂ ਤੋਂ ਜਿਹੜਾ ਹੈਗਾ ਤਰਾਸਦੀ ਨਾਲ ਜੂਝ ਰਿਹਾ ਹੈਗਾ ਉਹਨੂੰ ਵੀ ਅਸੀਂ BDPO ਨੂੰ ਹੁਣੇ ਮੌਕੇ 'ਤੇ ਫੋਨ ਕਰਤਾ ਹੈਗਾ ਅਤੇ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਬਸ ਸੈਕਟਰੀ ਅਤੇ ਸਰਪੰਚ ਸਾਹਿਬ ਨੂੰ ਕਹਿ ਕੇ ਉਹ ਕਰਾਉਣਗੇ ਅਗਰ ਜਿੱਥੇ ਕਿਤੇ ਕੋਈ ਖੜਾਉਂਦ ਪੈਦਾ ਹੁੰਦੀ ਤਾਂ ਇਹ ਲੋਕਾਂ ਦਾ ਰੋਹ ਜਿਹੜਾ ਹੈਗਾ ਉਹ ਝੱਲਣ ਲਈ ਤਿਆਰ ਰਹਿਣ ਅਤੇ ਇਹ ਜਿਵੇਂ ਅੱਜ ਮੀਟਿੰਗ ਕੀਤੀ ਪਬਲਿਕ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਇੱਦਾਂ ਰੂਟੀਨ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਇੱਦਾਂ ਤੁਸੀਂ ਵਿਜਿਟ ਕਰਨ ਦਾ ਪ੍ਰੋਗਰਾਮ ਬਣਾ ਰਹੇ ਬਿਲਕੁਲ ਅਸੀਂ ਤਾਂ ਜਦੋਂ ਦੇ ਮਤਲਬ 10 ਮਾਰਚ ਤੋਂ ਬਾਅਦ ਮੇਰੀ ਤੁਸੀਂ ਫੇਸ ਅਕਾਊਂਟ ਚੈੱਕ ਕਰ ਲਓ ID ਮੈਂ ਰੋਜ਼ਾਨਾ ਜਿਹੜੇ ਹੈਗੇ ਆ 4-5 ਪਿੰਡ ਜਿਹੜੇ ਹੈਗੇ ਆ ਘੱਟੋ ਘੱਟ ਕੱਢਣੇ ਹੁੰਦੇ ਅੱਜ ਵੀ ਅਸੀਂ ਮੇਰੀ ਸਾਥੀ ਟੀਮ ਆ ਸੁਖਵਿੰਦਰ ਸੰਘਣੇਵਾਲ ਜੀ ਖੜ੍ਹੇ ਨੇ ਕਾਲਾ ਭਾਜੀ ਖੜ੍ਹੇ ਨੇ ਸਾਰੇ ਅਸੀਂ ਦੇਖੋ ਜੀ ਪਹਿਲਾਂ ਤਾਂ ਉੱਥੇ ਗਰਾਇਆਂ ਫਲੋਰ ਹੋ ਗਏ ਗਰਾਇਆਂ ਦੀ ਵਾਰਡ ਨੰਬਰ 3 ਦੇ ਵਿੱਚ ਜਿਹੜੀ ਹੈਗੀ ਆ ਉੱਥੇ ਅਸੀਂ ਤਰਾਸਦੀ ਦੇਖ ਕੇ ਆਏ ਆ ਉਹ ਸਮੱਸਿਆ ਦਾ ਨਿਪਟਾਰਾ ਅਸੀਂ ਬਹੁਤ ਜਲਦੀ ਕਰਾਂਗੇ ਫਿਰ ਅਸੀਂ 8 ਨੰਬਰ ਵਾਰਡ ਦੇ ਵਿੱਚ ਵੀ ਗਏ ਹਾਂ ਫਿਰ ਅਸੀਂ ਹੋਰ ਵੀ ਉੱਥੇ ਜਿਹੜੀਆਂ ਸਮੱਸਿਆਵਾਂ ਲੋਕਾਂ ਦੀਆਂ ਸੁਣੀਆਂ ਆਈਆਂ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਆ ਅਸੀਂ ਫਲੋਰ ਦੇ ਵਿੱਚ 2 ਜਿਹੜੀਆਂ ਆਈਆਂ ਮੀਟਿੰਗਾਂ ਕਰਕੇ ਸਮੇਂ ਸੋ ਕਹਿਣ ਦਾ ਮੇਰਾ ਮਤਲਬ ਅਸੀਂ ਲੱਗੇ ਆ ਅਸੀਂ ਇਸੇ ਕੰਮ ਲਈ ਸਾਡੇ ਕੋਲ ਵਕਤ ਆ ਆਮ ਆਦਮੀ ਪਾਰਟੀ ਸਰਕਾਰ ਤੁਹਾਡੀ ਸਰਕਾਰ ਆ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਜਿਹੜੀਆਂ ਪਿਛਲੇ 70-75 ਸਾਲ ਤੋਂ ਸਮੇਂ ਦੀਆਂ ਸਰਕਾਰਾਂ ਨੇ ਸਤਾਇਆ ਆ ਉਹ ਹੁਣ ਜਿਹੜੀਆਂ ਅਸੀਂ ਜਿਹੜਾ ਗਾ ਸਤਾਉਣ ਨਹੀਂ ਦੇਣੇ ਹੈਗੇ ਅਸੀਂ ਉਹਨਾਂ ਦਾ ਹੱਲ ਕਰਨਾ ਹੈਗਾ ਹਰ ਵਿਕਾਸ ਲਈ ਜਿਹੜੀ ਹੈਗੀ ਨੇੜੀ ਲਿਆਵਾਂਗੇ ਮੁਹੱਲਾ ਕਲੀਨਿਕ ਦੀ ਵੀ ਗੱਲ ਕੀਤੀ ਸੀ ਹਲਕਾ ਫਲੋਰ ਦੇ ਵਿੱਚ ਕਿਸ ਪਿੰਡ ਦੇ ਵਿੱਚ ਮੁਹੱਲਾ ਕਲੀਨਿਕ ਪਹਿਲ ਦੇ ਆਧਾਰ 'ਤੇ ਖੋਲ੍ਹਿਆ ਜਾ ਰਿਹਾ ਹੈ ਇਸ ਵਾਰ ਅਸੀਂ ਪਿੰਡ ਸੈਫਾਬਾਦ ਦੇ ਵਿੱਚ ਮੁਹੱਲਾ ਕਲੀਨਿਕ ਦੀ ਚੋਣ ਕੀਤੀ ਆ ਉੱਥੇ ਸਾਡੇ ਜਿਹੜੇ ਹੈਗੇ ਆ ਭੈਣਾਂ ਭਰਾ ਗਰੀਬ ਪਰਿਵਾਰ ਉੱਥੇ 3 ਫੈਕਟਰੀਆਂ ਨੇ ਇੱਕ ਤਾਂ ਜਿਹੜੀ ਹੈਗੀ ਆ ਕ੍ਰਿਮਿਕਾ ਪਾਰਲੇ ਜੀ ਪੈਪਸੀ ਇਹ ਫੈਕਟਰੀਆਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਸਾਡੇ ਆਪਣੇ ਬੱਚੀਆਂ ਬੱਚੇ ਉੱਥੇ ਜਿਹੜੇ ਹੈਗੇ ਆ ਪਿੰਡਾਂ ਦੇ ਕੰਮ ਕਰ ਰਹੇ ਆ ਸੈਫਾਬਾਦ ਜਿਹੜੀ ਗਰੀਬ ਕਮਿਊਨਿਟੀ ਹੈਗੀ ਆ ਬੱਚੋਵਾਲ ਹੈਗੇ ਆ ਤੇਗ ਨਾਲ ਲੱਗਦੇ ਉੱਥੇ ਅਸੀਂ ਦੇਖਾਂਗੇ ਵੀ ਜਿਹੜਾ ਹੈਗਾ ਇਹ ਮੁਹੱਲਾ ਕਲੀਨਿਕ ਜਿਹੜੀ ਹੈਗੀ ਆ ਜਿਹੜੀ ਸਾਡਾ ਅਸੀਂ ਮਾਡਲ ਇੱਕ ਪੇਸ਼ ਕਰਨ ਜਾ ਰਹੇ ਹਾਂ ਉਹਦੀ ਸਫਲਤਾ ਜਿਹੜੀ ਹੈਗੀ ਆ ਦੇਖ ਕੇ ਜਿਹੜਾ ਹੈਗਾ ਹਰ ਗਲੀ ਮੁਹੱਲੇ ਦੇ ਵਿੱਚ ਜਿਹੜਾ ਹੈਗਾ ਹਰ ਪਿੰਡ ਦੇ ਵਿੱਚ ਅਸੀਂ ਉਹ ਮੁਹੱਲਾ ਕਲੀਨਿਕ ਫਿਰ ਜਿਹੜਾ ਹੈਗਾ ਅਗਲੇ ਫੇਸ ਦੇ ਵਿੱਚ ਬਣਾਵਾਂਗੇ ਜਿਵੇਂ ਇਹ ਅਪਰਾ ਦੇ ਲੋਕਾਂ ਨੇ ਸਮੱਸਿਆਵਾਂ ਦੱਸੀਆਂ ਇੱਕ ਦੋ ਤੱਕ ਆਸ ਰੱਖਣ ਕਿ ਬਿਜਲੀ ਦੀਆਂ ਤਾਰਾਂ ਦਾ ਜਾਂ ਪ੍ਰਬੰਧ ਹੈਗਾ ਜਾਂ ਡੰਪ ਦਾ ਜਾਂ ਛੱਪੜ ਦਾ ਹੈਗਾ ਜਾਂ ਹੋਰ ਵੀ ਸਮੱਸਿਆਵਾਂ ਸਮੇਂ ਸਮੇਂ 'ਤੇ 70-75 ਸਾਲ ਤੋਂ 10 ਸਾਲ ਤਾਂ ਮੈਨੂੰ ਵੀ ਹੋ ਗਿਆ ਵੇਖਦੇ ਨੂੰ ਐਜੀਟੇਸ਼ਨ ਵੀ ਹੋਏ ਆ ਸਮੱਸਿਆ ਹੱਲ ਨਹੀਂ ਹੋਈ ਹੈਗੀ ਪਰੰਤੂ ਮੈਂ ਵਿਸ਼ਵਾਸ ਦਵਾਉਣਾ ਆ ਬਹੁਤ ਹੀ ਜਲਦੀ ਜਿਹੜੀ ਹੈ ਸਮੱਸਿਆ ਅਸੀਂ ਹੱਲ ਕਰਾਂਗੇ ਅਸੀਂ ਉਹਨਾਂ ਸਰਕਾਰਾਂ ਵਾਂਗ ਨਹੀਂ ਵੀ 5 ਸਾਲ ਲਾਰੀ ਰੁਪਏ ਲਾ ਕੇ ਗਾਹਾਂ 5 ਸਾਲ ਇੱਦਾਂ ਨਹੀਂ ਹੈਗਾ ਅਸੀਂ ਮਿਤੀ ਬਾਅਦ ਸਮਾਂ ਬਾਅਦ ਜਿਹੜਾ ਹੈਗਾ ਬਹੁਤ ਜਲਦੀ ਜਿਹੜਾ ਹੈਗਾ ਇਸ ਦਾ ਕੰਮ ਜਿਹੜਾ ਨਿਪਟਾਰਾ ਕਰਾਂਗੇ ਪਹਿਲ ਦੇ ਆਧਾਰ 'ਤੇ ਮੈਂ ਜੇ ਮੰਤਰੀ ਸਾਹਿਬ ਨੂੰ ਵੀ ਮਿਲਣਾ ਪਿਆ ਚੀਫ ਨੂੰ ਵੀ ਮਿਲਣਾ ਪਿਆ ਜਾ ਕੇ ਜਿਹੜਾ ਹੈਗਾ ਸਮੱਸਿਆ ਦਾ ਹੱਲ ਕਰਾਂਗੇ ਇੱਕ ਸਮੱਸਿਆ ਸਾਹਮਣੇ ਆਈ ਸੀ ਕਿ ਜਿਹੜੇ ਪੁਲ ਹੈਗੇ ਨੇ ਸੜਕਾਂ ਬਣੀਆਂ ਜਿਹੜੇ ਪੁਲ ਬਣਾਏ ਨਹਿਰ ਦੇ ਉੱਤੇ ਉਹ ਅੱਧ ਵਿਚਕਾਰ ਛੱਡ ਕੇ ਜਿਵੇਂ ਇਹ ਸਮੱਸਿਆ ਸਾਹਮਣੇ ਆਈ ਸੀ ਉਹ ਵੀ ਸੰਪਰਕ ਕਰਨ ਦੀ ਲੋੜ ਹੈ ਮੇਰੇ ਸਾਥੀ ਨੇ ਸਵਾਲ ਕੀਤਾ ਸੀਗਾ ਜਿਹੜਾ ਡਰੇਨ ਵਿਭਾਗ ਨੇ ਜਿਹੜਾ ਹੈਗਾ ਉਹ ਪੁਲਾਂ ਦੀ
ਨਹਿਰਾਂ ਦੇ ਉੱਤੇ ਸਾਰੀ ਕੀਤੀ ਆ ਉਹ ਆਪਣੀ ਸਲੈਬ ਪਾ ਗਏ ਹੋਣਗੇ ਹੁਣ ਮੈਨੂੰ ਜਿੱਥੋਂ ਤੱਕ ਲੱਗਦਾ ਮੈਂ ਮੌਕਾ ਨਹੀਂ ਦੇਖਿਆ ਮੈਨੂੰ ਜਿੱਥੇ ਤੱਕ ਲੱਗਦਾ ਬਈ ਉਹ ਹੋ ਸਕਦਾ ਜਿਹੜੀ PWD ਦੀ ਸੜਕ ਉੱਥੇ ਤੱਕ ਬਣਨੀ ਆ ਸਲੋਪ ਬਣਨੀ ਆ ਜਾਂ ਮਾਰਕੀਟ ਕਮੇਟੀ ਦੀ ਜਾਂ ਮੰਡੀਕਰਨ ਬੋਰਡ ਦੀ ਜਿੱਥੇ ਵੀ ਉਹ ਅਸੀਂ ਦੇਖਾਂਗੇ ਸਾਥੀਆਂ ਕੋਲ ਚੈੱਕ ਕਰਾਵਾਂਗੇ ਜਿੱਥੇ ਵੀ ਕਿਤੇ ਸਲੋਪ ਬਣਦੀ ਹੈਗੀ ਤਾਂ ਉਹਨਾਂ ਵਿਭਾਗਾਂ ਨੂੰ ਅਸੀਂ ਲਿਖਾਂਗੇ ਵੀ ਤੁਰੰਤ ਜਿਹੜੇ ਹੈਗੇ ਉਹ ਬਣਾਏ ਜਾਣ ਬਹੁਤ ਧੰਨਵਾਦ ਜੀ ਅਤੇ ਇੱਕ ਵਾਰੀ ਫਿਰ ਤੁਹਾਨੂੰ ਭਗਵੰਤ ਮਾਨ ਜੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਗੁੜਾ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਹਲਕੇ ਦੇ ਵਿੱਚ ਤੁਹਾਡੇ ਕਾਂਸ਼ੀ ਚੈਨਲ ਮਾਧਿਅਮ ਰਾਹੀਂ ਜਿਹੜਾ ਹੈਗਾ ਲੋਕਾਂ ਨੂੰ ਤੁਸੀਂ ਸਮੇਂ ਸਮੇਂ 'ਤੇ ਜਾਗਰੂਕ ਕਰਦੇ ਹਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਵੀ ਆਪਣੀ ਪਾਰਟੀ ਦੇ ਵਲੰਟੀਅਰ ਲੀਡਰਾਂ ਵੱਲੋਂ ਵੀ ਔਰ ਸਰਕਾਰ ਵੱਲੋਂ ਵੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂ ਅਸੀਂ ਅੱਜ ਕੀ ਸਮੱਸਿਆਵਾਂ ਦੱਸੀਆਂ ਜਿਵੇਂ ਇੱਥੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਆਏ ਤੁਸੀਂ ਤਾਰਾਂ ਦੀ ਕੋਈ ਗੱਲ ਕਰਦੇ ਸੀ ਕੀ ਸਮੱਸਿਆ ਹੈ ਜੀ ਸਾਡੇ ਕੋਠੇ ਦੇ ਉੱਤੋਂ ਦੀ ਤਾਰਾਂ 'ਚ ਲੰਘਦੀਆਂ ਆ ਉਹਨਾਂ ਤਾਰਾਂ ਤੋਂ ਕਈ ਵਾਰੀ ਕਈਆਂ ਨੂੰ ਕਰੰਟ ਲੱਗ ਚੁੱਕਾ ਆ ਕਿਉਂਕਿ ਮੇਰੇ ਖੁਦ ਨੂੰ ਸਿਰ ਨੂੰ ਕਰੰਟ ਲੱਗ ਚੁੱਕਾ ਆ ਅਤੇ ਸਾਨੂੰ ਸਾਂਭਣ ਵਾ ਨਾ ਕੋਈ ਸਾਡੀ ਫਰਿਆਦ ਸੁਣਦਾ ਨਾ ਕੋਈ ਸਾਡੀ ਰਜੋਈ ਸੁਣਦਾ ਅਸੀਂ ਸਭ ਦੀਆਂ ਮਿੰਨਤਾਂ ਕਰ ਚੁੱਕੇ ਹਾਂ ਹਫ਼ਤਾ ਇੱਕ ਜਾਣੀ ਕਿ ਧਰਨਾ ਅਸੀਂ ਲਾਇਆ 4 ਸਾਲ ਹੋ ਗਏ ਇਸ ਗੱਲ ਨੂੰ ਫਿਰ ਵੀ ਬਿਜਲੀ ਵਾਲਿਆਂ ਨੇ ਉਹ ਸਮੱਸਿਆ ਦਾ ਹੱਲ ਨਹੀਂ ਕੀਤਾ ਕੁਛ ਨਹੀਂ ਕੀਤਾ ਹੈਗਾ ਕੋਈ ਸੁਣਵਾਈ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਜੇ ਕੋਈ ਵੋਟਾਂ ਵਾਲਾ ਆਉਂਦਾ ਆ ਅਸੀਂ ਉਹਨੂੰ ਵੀ ਇਹੀ ਗੱਲ ਕਹਿੰਦੇ ਹਾਂ ਸਾਡੀ ਕੋਈ ਨਹੀਂ ਸੁਣਵਾਈ ਕਰਦਾ ਪਹਿਲਾਂ ਕਹਿੰਦੇ ਅਸੀਂ ਕਰਾਂਗੇ ਕਰਾਂਗੇ ਮੁੜ ਕੇ ਕੋਈ ਗੱਲ ਨਹੀਂ ਕਰਦੇ ਵੋਟਾਂ ਲੈ ਜਾਂਦੇ ਸਾਡਾ ਨਾ ਗਲੀ ਦਾ ਨਾ ਕੋਈ ਮਹੱਲੇ ਦਾ ਕੋਈ ਸਾਡੀ ਸੁਣਵਾਈ ਨਹੀਂ ਹੈਗੀ ਅੱਜ ਤੁਸੀਂ ਆਪਣੀਆਂ ਸਮੱਸਿਆਵਾਂ ਦੱਸੀਆਂ ਹਾਂਜੀ ਅੱਜ ਅਸੀਂ ਆਪਣੀਆਂ ਸਮੱਸਿਆ ਦੱਸੀਆਂ ਇਹ ਸਾਡੀ ਸਮੱਸਿਆ ਪੂਰੀ ਹੋਣੀ ਚਾਹੀਦੀ ਆ ਹਾਂਜੀ ਭਾਅ ਜੀ ਸਾਡੇ ਤਾਰਾਂ ਦੀ ਸਮੱਸਿਆ ਆ ਖੁਦ ਸਾਡੇ ਘਰ ਖੰਭਾ ਆ ਸਾਨੂੰ ਜ਼ਿਆਦਾ ਉਸ ਦਾ ਡਰ ਬਹੁਤ ਆ ਅਸੀਂ ਮੀਂਹ ਕਿਣੀ ਦੇ ਵਿੱਚ ਉੱਪਰ ਨਹੀਂ ਚੜ ਸਕਦੇ ਵੈਸੇ ਉਹ 'ਚ ਕਰੰਟ ਵੀ ਆਉਂਦਾ ਆ ਹਾਂਜੀ ਅਤੇ ਇਹੀ ਮੱਸਿਆ ਸਾਡੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਸਰਕਲ ਇੰਚਾਰਜ ਬਲਵੀਰ ਸਿੰਘ ਛੋਕਰ ਜੀ ਕੀ ਕਹਿਣਾ ਚਾਹੁੰਦੇ ਨੇ ਜਿਵੇਂ ਇੱਥੇ ਕਸਬਾ ਅਪਰਾ ਦੇ ਬਹੁਤ ਵੱਡੇ ਪੱਧਰ 'ਤੇ ਲੋਕ ਆਏ ਨੇ ਉਹਨਾਂ ਨੂੰ ਆਸ ਜਾਗੀ ਹੈ ਇੱਦਾਂ ਪਹਿਲਾਂ ਹੋਇਆ ਵੀ ਕਦੀ ਨਹੀਂ ਕਿ ਵੋਟਾਂ ਤੋਂ ਬਾਅਦ ਕੋਈ MLA MP ਜਾਂ ਹਲਕਾ ਇੰਚਾਰਜ ਮੁੜ ਕੇ ਕਿਸੇ ਦੀ ਬਾਤ ਬਾਈ ਧਾਈ ਲਈ ਹੋਇਆ ਨਹੀਂ ਇਹ ਪਹਿਲੀ ਵਾਰੀ ਦੇਖਣ ਦੇ ਵਿੱਚ ਮਿਲਿਆ ਕਿ ਇਸ ਹਲਕੇ ਦੇ ਇੰਚਾਰਜ ਰਿਟਾਇਰਡ ਪ੍ਰਿੰਸੀਪਲ ਹੁਣਾਂ ਨੇ ਲੋਕਾਂ ਦੇ ਕੋਲ ਆ ਪਾ ਕੇ ਸਮੱਸਿਆਵਾਂ ਉਹਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਹਨਾਂ ਦੇ ਹਲਕੇ ਉਹਨਾਂ ਦੇ ਪਿੰਡ ਤੱਕ ਪਹੁੰਚ ਕਰਕੇ ਸਮੱਸਿਆਵਾਂ ਸੁਣੀਆਂ ਬਹੁਤ ਵਧੀਆ ਲੱਗਿਆ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਸਾਨੂੰ ਇੱਕ ਵੋਟਾਂ ਤੋਂ ਇਲੈਕਸ਼ਨ ਤੋਂ ਪਹਿਲਾਂ ਇੱਕ ਗੱਲ ਕਹੀ ਸੀ ਜਦੋਂ ਇਲੈਕਸ਼ਨ ਖਤਮ ਹੋਏਗੀ ਉਦੋਂ ਬਾਅਦ ਅਸੀਂ ਇਸ ਏਰੀਏ ਦੇ ਵਿੱਚ ਆਵਾਂਗੇ ਔਰ ਹਰ ਇੱਕ ਦੇ ਅਸੀਂ ਦੁੱਖ ਤਕਲੀਫ ਸੁਣਾਂਗੇ ਉਹ ਦੇਖੋ ਇੱਥੇ ਅੱਜ ਤੁਹਾਡੇ ਸਾਹਮਣੇ ਕਿੰਨਾ ਇਕੱਠ ਸੀਗਾ ਅੱਜ ਉਹ ਪਹੁੰਚੇ ਆ ਉਹਨਾਂ ਨੇ ਆ ਕੇ ਆਪਣੇ ਸਾਰੇ ਜੋ ਵਿਚਾਰ ਵਟਾਂਦਰੇ ਹੈਗੇ ਆ ਸਾਰੀ ਪਬਲਿਕ ਨਾਲ ਕੀਤੇ ਹੈਗੇ ਆ ਉਹਦੇ ਵਿੱਚ ਸਾਰੀ ਪਬਲਿਕ ਖੁਸ਼ ਆ ਔਰ ਉਹ ਕਹਿ ਕੇ ਵੀ ਗਏ ਸਾਨੂੰ ਪ੍ਰੋਮਿਸ ਵੀ ਕਰਕੇ ਗਏ ਵੀ ਹਰ ਐਤਵਾਰ ਅਸੀਂ ਜਿਹੜੀ ਹਰ ਮੀਟਿੰਗ ਦੇ ਵਿੱਚ ਅਸੀਂ ਪਹੁੰਚਿਆ ਕਰਾਂਗੇ ਅਸੀਂ ਇੱਥੇ ਕਾਲੇ ਭਾਅ ਜੀ ਦੇ ਹਰ ਐਤਵਾਰ ਮੀਟਿੰਗ ਕਰਦੇ ਹਾਂ ਮੈਂ ਸਰਕਲ ਇੰਚਾਰਜ ਹੋਣ ਦੇ ਨਾਤੇ ਜੋ ਮੇਰੀ ਡਿਊਟੀ ਬਣਦੀ ਆ ਜੋ ਮੇਰੇ ਵਲੰਟੀਅਰ ਮੇਰੇ ਸਾਥੀ ਮੇਰੀ ਟੀਮ ਮੇਰੀ ਡਿਊਟੀ ਲਾਉਂਦੇ ਆ ਮੈਂ ਉਹ ਡਿਊਟੀ ਪੂਰੀ ਭੁਗਤਾਉਣਾ ਆ ਔਰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਉਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਲਈ ਐਤਵਾਰ ਅੱਜ ਉਹ ਸਾਡੇ ਕੋਲ ਇੱਥੇ ਪਹੁੰਚੇ ਆ ਔਰ ਉਹਨਾਂ ਨੇ ਸਾਨੂੰ ਬੜੀ ਗੁੱਡ ਇਨਫੋਰਮੇਸ਼ਨ ਦਿੱਤੀ ਆ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਪਰੇ ਨੂੰ ਪਹਿਲ ਦੇ ਆਧਾਰ 'ਤੇ ਵੀ ਸੋਨੇ ਦੀ ਮੰਡੀ ਆ ਇਹਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਪਰ ਅੱਗੇ ਲੈ ਕੇ ਜਾਵਾਂਗੇ ਇਹਦਾ ਅਸੀਂ ਵਿਕਾਸ ਕਰਾਂਗੇ ਤੇ ਲੋਕਾਂ ਨੇ ਸਮੱਸਿਆਵਾਂ ਬੇਝਿਜਕ ਹੋ ਕੇ ਦੱਸੀਆਂ ਜਾਂ ਪਹਿਲਾਂ ਦੀ ਤਰ੍ਹਾਂ ਬਹਿ ਜਾਓ ਵਾਲੀ ਗੱਲ ਹੁੰਦੀ ਰਹੀ ਆ ਅੱਜ ਦੇਖੋ ਜੋ ਮੀਟਿੰਗ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਜਿੰਨੀਆਂ ਪੁਰਾਣੀਆਂ ਪਾਰਟੀਆਂ ਗਈਆਂ ਉਹ ਪਹਿਲੀ ਗੱਲ ਤਾਂ ਉਹ ਇਕੱਠ ਕਰਦੇ ਹੀ ਨਹੀਂ ਸੀਗੇ ਉਹ ਆਪਣੇ ਮਤਲਬ ਲਈ ਕਰਦੇ ਸੀਗੇ ਪ੍ਰਿੰਸੀਪਲ ਸਾਹਿਬ ਨੇ ਆਪਣੇ ਮਤਲਬ ਲਈ ਨਹੀਂ ਕੀਤਾ ਅੱਜ ਇੱਥੇ ਪਬਲਿਕ ਇਕੱਠੀ ਹੋਈ ਆ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਘਰਾਂ ਦੇ ਉੱਪਰੋਂ ਤਾਰਾਂ ਲੰਘਦੀਆਂ ਉਹਨਾਂ ਨਾਲ ਕਿਸੇ ਦਾ ਸਿਰ ਟੱਚ ਹੋ ਜਾਂਦਾ ਕਈ ਵਾਰੀ ਬੱਚੇ ਉੱਪਰ ਖੇਡਦੇ ਆ ਉਹਨਾਂ ਦਾ ਪਤੰਗ ਜਾਂ ਕੋਈ ਚੀਜ਼ ਉਹ ਵਿੱਚ ਲੱਗ ਜਾਂਦੀ ਹੈਗੀ ਆ ਉਹ ਕਰੰਟ ਆਉਂਦਾ ਆ ਉਹਦੇ ਨਾਲ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈਗਾ ਆ ਉਹਦੇ ਵਿੱਚ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਅੱਜ ਇਹ ਗੱਲ ਕਹੀ ਹੈਗੀ ਆ ਵੀ ਤੁਸੀਂ ਜਿਹੜੀ ਆ ਇਹ ਤਾਰਾਂ ਦਾ ਜਿਹੜਾ ਮਸਲਾ ਤੁਹਾਡਾ ਹੱਲ ਕੀਤਾ ਜਾਊਗਾ ਅਤੇ ਪਬਲਿਕਲੀ ਵੀ ਮੈਂ ਤੁਹਾਡੇ ਨਾਲ ਆ ਪਹਿਲ ਦੇ ਧਰ 'ਤੇ ਤੁਹਾਡੇ ਸਾਰੇ ਕੰਮ ਹੋਣਗੇ ਜਿੱਥੇ ਇਹ ਤਾਰਾਂ ਦੀ ਸਮੱਸਿਆ ਹੈ ਸੜਕ ਦੀ ਸਮੱਸਿਆ ਹੈ ਡੰਪ ਦੀ ਛੱਪੜ ਦੀ ਹੋਰ ਵੀ ਬਹੁਤ ਸਾਰੀਆਂ ਇਲਾਕੇ ਭਰ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਹੈਗੀਆਂ ਡਿਸਪੈਂਸਰੀ ਦੀ ਸਮੱਸਿਆ ਜਾਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਤੱਕ ਪਹੁੰਚ ਕਰਕੇ ਸਮੱਸਿਆਵਾਂ ਉਹਨਾਂ ਤੋਂ ਪੁੱਛਦੇ ਰਹੋਗੇ ਦੇਖੋ ਇਹ ਵੈਸੇ ਸਮੱਸਿਆਵਾਂ ਦਾ ਵਾਲਾ ਵਲੰਟੀਅਰ ਲੈਵਲ 'ਤੇ ਅਸੀਂ ਉਹਨਾਂ ਨੂੰ ਪਹੁੰਚ ਨਹੀਂ ਕਰ ਦਿੰਦੇ ਸਮੱਸਿਆਵਾਂ ਦੱਸ ਦਿੰਦੇ ਹਾਂ ਪਰ ਫਿਰ ਵੀ ਉਹ ਸਾਡੇ ਕੋਲ ਆ ਕੇ ਉਹ ਸਮੱਸਿਆਵਾਂ ਸੁਣ ਕੇ ਗਏ ਆ ਉਹਦੇ ਨਾਲ ਪਬਲਿਕ
ਨੂੰ ਵੀ ਪਤਾ ਲੱਗ ਗਿਆ ਜੋ ਪਹਿਲਾਂ ਕਹਿੰਦੇ ਸੀ ਉਹ ਨਹੀਂ ਕਰਕੇ ਦਿਖਾਇਆ ਸਾਡੇ ਵਿੱਚ ਉਹ ਵਿਚਰੇ ਆ ਬੈਠੇ ਆ ਸਾਡੇ ਨਾਲ ਗੱਲਬਾਤ ਕੀਤੀ ਆ ਹਰ ਇੱਕ ਦੇ ਉਹਨਾਂ ਨੇ ਵਿਚਾਰ ਸੁਣੇ ਹੈਗੇ ਆ ਇਦਾਂ ਦਾ ਵੀ ਕੁਝ ਅੱਜ ਦੀ ਮੀਟਿੰਗ ਦੇ ਵਿੱਚ ਲੱਗਿਆ ਵੀ ਵੀਆਈਪੀ ਕਲਚਰ ਖਤਮ ਹੁੰਦਾ ਜਿਵੇਂ ਪਹਿਲਾਂ ਜਿਹੜੇ ਹਲਕਾ ਇੰਚਾਰਜ ਲਾ ਲਓ ਐਮਐਲਏ ਲਾ ਲਓ ਦੋ ਗੱਡੀਆਂ ਮੋਹਰੇ ਪੁਲਿਸ ਦੀਆਂ ਦੋ ਪਿੱਛੇ ਉਹ ਬੜਾ ਇੱਕ ਜੈਡ ਸਿਕਿਉਰਿਟੀ ਇੱਕ ਉਹ ਕਮਾਂਡੋ ਵਾਲਿਆਂ ਦੀ ਵੀ ਗੱਡੀ ਰਹੀ ਆ ਵੀ ਅੱਜ ਬੜਾ ਸਿੰਪਲ ਜਿਹਾ ਭਗਵੰਤ ਮਾਨ ਜੀ ਜਿੱਦਾਂ ਚਾਹੁੰਦੇ ਸੀ ਇੱਦਾਂ ਦਾ ਕੁਝ ਦੇਖਣ ਨੂੰ ਮਿਲਿਆ आम पार्टी जिंदाबाद आम पार्टी वाग ही आम पब्लिक दे विच ही वो विचरे आ और आम पार्टी वाग ही आम बंदियां विच ही वो आके बैठ के उन्होंने सारे की गलबात सुनी हैगी आ सानू कोई भी वीआईपी कल्चर नहीं लगा हैगा ना ही कोई उन्होंने बॉडीगार्ड जां साडे नाल आले दुआले एरिया विच कोई गनमैन इदां दा कुछ नहीं हैगा एरिया बहुत वधिया आ सेफ आ और साडे को आके गए आ असीं उन्होंने नाल आ असीं उन्होंने तहे दिलों धन्नवादी करदे आ गंगड़ा साहब ये जिहड़ी मीटिंग तुसीं करदे हो ये रोजाना करदे हो जां महीने बाद करदे हो की कहना चाहुंदे आ असी ये मीटिंग हर एतवार करते हैं 6 बजे तो मतलब साडा टाइम है प्रॉपर 6 बजे तो लैके असी 1 घंटा 2 घंटे 8 बजे तक बैठे रहीदा तकरीबन असी तो इस मीटिंग दे विच साडा मेन मकसद होंदा भी आपसी असी घट्टो घट असी एक दूजे रल के बैठीए रल के बैठने के नाल सानू आपसी समस्या का पता लगेगा हौली हौली हुण साडे कोल जिद्दां असी मीटिंगां दा दौर शुरू कीता सीगा हौली हौली साडे कोल मतलब इलाके दे लोकी आने शुरू हो गए अपनियां समस्यावां लैके जिद्दां अज मेन समस्या साडे कोल तारां दी सीगी इह तारा का असी खुद देख के आए हैं भी तारा जड़ियाँ लंघ रही बहुत ज़्यादा नीवी आए हैं छत तो मतलब किसी वेले भी कोई भी जानी का नुकसान हो जानी का नुकसान हो सकता है वो तारा के नेड़े जिहड़े रह रहे लोग आ लंबे समय तो बेचारे वो कह रहे आ पर समस्या का हल नहीं होया सी हाले तो इस करके तुहाडे तक पहुँच की है तो फिर यह समस्या तुसीं पहुँचा दी अगे इंचार्ज साहब को हाँ जी सर असी अपने हलका इंचार्ज साहब को भी पहुँचाती है तो असी एक्सीएन साहब ना असी परसनली मिल के आए हैं गुराया तो सानू उन्होंने अगे दस दिता कि प्रोसैस की आ जो जो प्रोसैस हैगा है, वो अकॉर्डिंग सानू कित भी जाना पवे सानू डीसी साहब को जाना पवे सानू बिजली मंत्री साहब को जाना पवे जिथे भी जाना पवे असी जाके इस समस्या का जिन्नी जल्दी हो सकता उन्नी जल्दी हल करवावे असी कोशिश कर रहे हैं भी इस हफ्ते के बच्चे असी जाना है डीसी साहब को जाना है उत्थे जाके जो उन्होंने तो प्रोसैस पता करा भी थोड़े उन्होंने तो लैटर जा रहे हैं उन्होंने हर असी एक्सीन साहब ने कहा लैटर जा रहे हैं उन्होंने मतलब हर 6 महीने अभी लैटर घलते हैं भी तुम जो भी खर्चा है जमा करवा दो तो फंड जमा करवा दो तारा चक दें असी बट पता नहीं की गल पिछलियां सरकारां ने क्यों नहीं इस चीज़ पर गौर की मतलब हाले तक लोगों इन्नी मुश्किल का सामना करना पै रहा है मतलब जे असी अपने तौर पर सोचिए मैं तो सोच के भी कम जाना है भी तारा इन नीवियां जा रही हैं ठीक है हाँ जी तो जिहड़े सर्कल दे लोग हैगे आ वख वख पिंडां दे लोग उन्हां नूं की कहना चाहुंदे आ तुसीं तुहाडे ओह समस्यावां तुहाडे तक जां तुहाडे नाल संपर्कां दे लई असीं तां इह कहना चाहुंदे आ भी तुसीं बिना झिझक कोई भी थानू समस्या आ किसी के खिलाफ भी है चाहे कोई साड़ी पार्टी का बंदा आया वो खिलाफ़ भी थानू कोई समस्या हैगी है थानू कोई तंग परेशान करता है तुसी बेझिझक आके साडे को इत्थे पहुँचो काला अपना स्टोर आ पुलिस चौंकी के नेड़े आ असी 6 बजे तो लैके 8 बजे तक बहने उदा भी तुसी साडे नंबर नोट कर असी करवा दें तुसी साडे नंबर ते कॉल कर सकते सानू किसी टाइम भी एनी टाइम 24 घंटे कदों भी कर सकते तुसी फोन इलाके के लोगों की जिहड़ी वड्डी समस्या भी भगवंत मान के विआह दे सानू लड्डू नहीं खिलाए वो अज खिलवा दिते जी अज खवा दिते जी थानू बुढ़ा साहब थानू भी खिला दिते आ असी तो इनवाइट करना चाहते थे थोड़े कंट्रोवर्सी हो गई चलो नहीं जा पाई उत्थे है ना तो सारे खिलाना चाहते थे चलो जिन्हें ने भी असी शकल छका दिते जिन्हें ने भी छकाने धन्यवाद थैंक यू।